ਹੈਲੋ, ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਕੁਲਦੀਪ ਸਿੰਘ ਜੀ, ਜ਼ਿਲ੍ਹਾ ਮੋਗਾ, ਪਿੰਡ ਪੁਰਾਣੇ ਵਾਲੇ ਦਾ ਰਹਿਣ ਵਾਲਾ। ਮੈਂ ਮੋਟਾਪੇ ਤੋਂ ਬਹੁਤ ਪਰੇਸ਼ਾਨ ਸੀ ਅਤੇ ਮੈਨੂੰ ਦੱਸ ਪਈ ਕਿ ਡਾਕਟਰ ਅਮਿਤ ਸੂਦ ਮੋਟਾਪੇ ਦਾ ਆਪਰੇਸ਼ਨ ਕਰਦੇ ਨੇ। ਮੈਂ ਡਾਕਟਰ ਅਮਿਤ ਸੂਦ ਨੂੰ ਮਿਲਿਆ ਅਤੇ ਮੈਨੂੰ ਮਿਲ ਕੇ ਬੜਾ ਚੰਗਾ ਲੱਗਾ। ਮੈਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਮੋਟਾਪੇ ਦਾ ਆਪਰੇਸ਼ਨ ਕਰਾਓ, ਕੋਈ ਪ੍ਰੋਬਲਮ ਨਹੀਂ ਆਉਂਦੀ। ਮੈਨੂੰ ਡਰ ਸੀ, ਲੇਕਿਨ ਜਦੋਂ ਮੈਂ ਆਪਰੇਸ਼ਨ ਕਰਾਇਆ, ਡਾਕਟਰ ਸਾਹਿਬ ਨੇ ਮੇਰੇ ਕੋਈ ਟੀਕਾ ਵੀ ਨਹੀਂ ਢੂਈ ਚਲਾਇਆ, ਮੈਨੂੰ ਗੈਸ ਗਾਈ ਅਤੇ ਮੇਰਾ ਆਪਰੇਸ਼ਨ ਕੋਈ 2-2.5 ਘੰਟੇ ਚੱਲਿਆ, ਆਪਰੇਸ਼ਨ ਹੋ ਗਿਆ। ਉਸ ਤੋਂ ਬਾਅਦ 2-3 ਦਿਨ ਬਾਅਦ ਮੈਨੂੰ ਛੁੱਟੀ ਮਿਲ ਗਈ। ਮੈਨੂੰ ਚੂਲ ਦੀ ਪ੍ਰੋਬਲਮ ਸੀ ਬਹੁਤ। ਦੇਖੋ ਜੀ, ਵੇਟ ਮੇਰਾ 62 ਕਿਲੋ ਲੂਜ਼ ਹੋ ਗਿਆ, 1 ਕੁਇੰਟਲ 36 ਕਿਲੋ ਸੀਗਾ, ਹੁਣ 74 ਆ। ਅਤੇ ਮੈਨੂੰ ਕੋਈ ਵੀ ਸਮੱਸਿਆ ਨਹੀਂ, ਪਹਿਲਾਂ ਮੇਰਾ ਸਾਹ ਵੀ ਫੁੱਲਦਾ ਸੀ, ਸਾਹ ਵੀ ਫੁੱਲਣੋਂ ਹਟ ਗਿਆ। ਅਤੇ ਇਹਨਾਂ ਦਾ ਸਟਾਫ ਸਾਰਾ ਮੇਰੇ ਟੱਚ 'ਚ ਆ, ਮੈਨੂੰ ਫੋਨ ਕਰਦੇ ਰਹਿੰਦੇ ਆ ਵੀ ਕਿਵੇਂ ਆ, ਤੁਸੀਂ ਕੀ ਲੈਂਦੇ ਆ, ਕੀ ਖਾਂਦੇ ਆ। ਦੇਖੋ ਜੀ, ਮੈਂ ਤਾਂ ਪੈਗ ਪੁੱਗ ਵੀ ਲਾ ਲੈਂਦਾ ਵਾਂ, ਜਿਵੇਂ ਹਫ਼ਤੇ 'ਚ 3-4 ਦਿਨ ਲਾ ਲਿਆ। ਮੈਨੂੰ ਤਾਂ ਅੱਜ ਤੱਕ ਕੋਈ ਪਰਾਉਣ 2 ਸਾਲ ਹੋ ਗਏ ਮੇਰੇ ਆਪਰੇਸ਼ਨ ਨੂੰ। ਮੈਨੂੰ ਤਾਂ ਬਹੁਤ ਵਧੀਆ ਲੱਗਾ। ਮੈਂ ਤਾਂ ਇਹੀ ਮੈਸੇਜ ਦਿੰਦਾ ਜੀ ਸਾਰਿਆਂ ਨੂੰ ਵੀ ਜਿਹੜੇ ਮੋਟਾਪੇ ਤੋਂ ਪਰੇਸ਼ਾਨ ਆ, ਉਹ ਡਾਕਟਰ ਅਮਿਤ ਸੂਦ ਨੂੰ ਮਿਲੋ, ਆਪਣਾ ਆਪਰੇਸ਼ਨ ਕਰਾਓ, ਵੇਟ ਲੂਜ਼ ਕਰੋ, ਕਿਉਂਕਿ ਆਪ ਜ਼ਿੰਦਗੀ ਵੱਧ ਜਾਂਦੀ। ਡਾਕਟਰ ਨੇ ਮੈਨੂੰ ਜ਼ਿੰਦਗੀ ਦੁਬਾਰਾ ਦਿੱਤੀ, ਕਿਉਂਕਿ ਨਹੀਂ ਤਾਂ ਮੈਂ ਹੁਣ ਨੂੰ ਮੰਜੇ 'ਤੇ ਬੈਠ ਜਾਂਦਾ। ਹੁਣ ਦੇਖੋ, ਮੈਂ 50-60 ਕਿੱਲੇ ਦੀ ਖੇਤੀ ਕਰਦਾ ਅਤੇ ਮੈਨੂੰ ਕੋਈ ਪ੍ਰੋਬਲਮ ਨਹੀਂ, ਮੈਂ ਤੋਰਾ ਫੇਰਾ ਪੂਰਾ ਕਰਦਾ। ਮੈਨੂੰ ਚੂਲੇ ਦੀ ਪ੍ਰੋਬਲਮ ਵੀ ਬਹੁਤ ਘੱਟ ਚੁੱਕੀ ਆ। ਇਸ ਲਈ ਮੈਂ ਸਾਰੇ ਭੈਣ ਭਰਾਵਾਂ ਨੂੰ ਇਹੀ ਕਹਿੰਦਾ ਵੀ ਜੇ ਭੈਣ ਭਰਾ ਕੋਈ ਵੀ ਮੋਟਾਪੇ ਤੋਂ ਪਰੇਸ਼ਾਨ ਆ, ਉਹ ਡਾਕਟਰ ਅਮਿਤ ਸੂਦ ਨੂੰ ਮਿਲੋ ਅਤੇ ਆਪਣਾ ਆਪਰੇਸ਼ਨ ਕਰਾਓ, ਕਿਉਂਕਿ ਸਟਾਫ ਬਹੁਤ ਵਧੀਆ ਸਟਾਫ ਬਾਅਦ 'ਚ ਹੀ ਪੁੱਛਦਾ ਦੱਸਦਾ ਹੁਣ ਆਏ ਆ, ਇਹਨਾਂ ਨੂੰ ਮਿਲਣ ਆਈਦਾ, ਪਿਆਰ ਨਾਲ ਮਿਲਣ ਆਉਂਦੇ ਆ। ਇਸ ਕਰਕੇ ਮੇਰਾ ਮੈਸੇਜ ਆ ਵੀ ਆਪਰੇਸ਼ਨ ਕਰਾਓ।